ਦੁੱਧਾਂ ਦਾ ਵਧਣਾ, ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੋਣਾ, ਕੀ ਤੁਹਾਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਕਰਨ ਲਈ ਉੱਠਣਾ ਪੈਂਦਾ ਹੈ? ਆਪਣਾ ਡਾਕਟਰ ਦਕਸ਼ ਮਹਾਜਨ, ਆਈ ਐਮ ਦ ਕੰਸਲਟੈਂਟ ਯੂਰੋਲੋਜਿਸਟ ਐਂਡਰੋਲੋਜਿਸਟ ਐਂਡ ਕਿਡਨੀ ਟ੍ਰਾਂਸਪਲਾਂਟ ਸਰਜਨ ਐਸੋਸੀਏਟਡ ਵਿਦ ਅਮਨਦੀਪ ਗਰੁੱਪ ਆਫ ਹਸਪਤਾਲਸ। ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਯੂਰੋਲੋਜੀਕਲ ਸਿਮਟਮ ਦੇ ਬਾਰੇ ਥੋੜ੍ਹੀ ਜਾਣਕਾਰੀ ਸਾਂਝਾ ਕਰਨਾ ਚਾਹਾਂਗਾ। ਇਹਨੂੰ ਮੈਡੀਕਲੀ ਕਿਹਾ ਜਾਂਦਾ ਹੈ ਨੋਕਚੂਰੀਆ, ਮਤਲਬ ਰਾਤ ਨੂੰ ਵਾਰ ਵਾਰ ਪਿਸ਼ਾਬ ਕਰਨ ਲਈ ਉੱਠਣਾ। ਜੇਕਰ ਕੋਈ ਪੇਸ਼ੈਂਟ ਰਾਤ ਨੂੰ 2 ਜਾਂ ਉਸ ਤੋਂ ਜ਼ਿਆਦਾ ਵਾਰ ਪਿਸ਼ਾਬ ਕਰਨ ਲਈ ਆਪਣੀ ਨੀਂਦ ਸੈਕਰੀਫਾਈਸ ਕਰਕੇ ਉੱਠਦਾ ਹੈ, ਅਸੀਂ ਉਹਨੂੰ ਇਸ ਟਰਮੀਨੋਲੋਜੀ ਦੇ ਅੰਡਰ ਡਾਇਗਨੋਸ ਕਰਦੇ ਹਾਂ। ਇਹਦੇ ਕਈ ਸਾਰੇ ਕਾਰਨ ਹੋ ਸਕਦੇ ਹਨ, ਜਿਵੇਂ ਕਿ ਮਰਦਾਂ ਦੇ ਵਿੱਚ ਮੋਸਟ ਕਾਮਨਲੀ ਇੱਕ ਦੁੱਧਾਂ ਦੀ ਪ੍ਰੋਬਲਮ ਦੀ ਸ਼ੁਰੂਆਤ ਦਾ ਕਾਰਨ ਹੋ ਸਕਦਾ ਹੈ। ਫੀਮੇਲਸ ਦੇ ਵਿੱਚ ਓਵਰ ਐਕਟਿਵ ਬਲੈਡਰ ਹੁੰਦਾ ਹੈ, ਜਿਹਦੇ ਵਿੱਚ ਪਿਸ਼ਾਬ ਦੀ ਥੈਲੀ ਹੈ ਉਹ ਜ਼ਿਆਦਾ ਯੂਰਿਨ ਸਟੋਰ ਨਹੀਂ ਕਰ ਸਕਦੀ। ਕੋਈ ਬਲੈਡਰ ਦੇ ਵਿੱਚ ਤੁਹਾਡੇ ਸਟੋਨ ਪਿਆ ਹੈ, ਕੋਈ ਵਾਰ ਵਾਰ ਇਨਫੈਕਸ਼ਨ ਹੋ ਰਹੀ ਹੈ ਯੂਰੀਨਰੀ ਟ੍ਰੈਕਟ ਦੀ, ਇਹ ਸਭ ਕਾਰਨਾਂ ਕਰਕੇ ਤੁਹਾਨੂੰ ਰਾਤ ਨੂੰ ਪਿਸ਼ਾਬ ਵਾਰ ਵਾਰ ਜਾਣ ਦੀ ਹਾਜਤ ਹੋ ਸਕਦੀ ਹੈ। ਜੇ ਅਸੀਂ ਇਸ ਚੀਜ਼ ਨੂੰ ਇਗਨੋਰ ਕਰਦੇ ਹਾਂ ਤਾਂ ਇਹ ਫਿਰ ਹੈ ਦਿਨ ਦੇ ਟਾਈਮ 'ਤੇ ਵੀ ਇਹ ਚੀਜ਼ਾਂ ਆ ਸਕਦੀਆਂ ਹਨ ਅਤੇ ਐਂਡਲੀ ਸਟੇਜ ਦੇ ਵਿੱਚ ਬਿਲਕੁਲ ਯੂਰਿਨ ਬੰਦ ਵੀ ਹੋ ਸਕਦਾ ਹੈ। ਸੋ ਕਾਈਂਡਲੀ ਜੇ ਤੁਹਾਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਕਰਨ ਲਈ ਉੱਠਣਾ ਪੈ ਰਿਹਾ ਹੈ ਤਾਂ ਆਪਣੇ ਯੂਰੋਲੋਜਿਸਟ ਦੀ ਸਲਾਹ ਲਓ, ਆਪਣੇ ਆਪ ਨੂੰ ਡਾਇਗਨੋਸ ਕਰਵਾਓ ਅਤੇ ਉਹਦੇ ਜਿਹੜੇ ਵੀ ਟ੍ਰੀਟਮੈਂਟ ਮੋਡੈਲਿਟੀਜ਼ ਹੈ, ਜਿਵੇਂ ਆਪਣੀ ਲਾਈਫ ਸਟਾਈਲ ਨੂੰ ਮੋਡੀਫਾਈ ਕਰਨਾ, ਆਪਣੇ ਖਾਣ ਪਾਣ ਦੇ ਤਰੀਕੇ ਨੂੰ ਚੇਂਜ ਕਰਨਾ, ਜਾਂ ਕੋਈ ਮੈਡੀਕਲ ਮੋਡੈਲਿਟੀ ਜਿਹਦੇ ਵਿੱਚ ਮੈਡੀਸਿਨ ਦਿੱਤੀਆਂ ਜਾਂਦੀਆਂ ਹਨ, ਉਹ ਆਪਣੇ ਯੂਰੋਲੋਜਿਸਟ ਨਾਲ ਸਲਾਹ ਕਰਕੇ ਸ਼ੁਰੂ ਕਰੋ।